ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ, ਮੈਂ ਬਖਸੀਰ ਸਿੰਘ ਤੁਹਾਡਾ ਆਪਣੇ ਚੈਨਲ ਥਿੰਦੇ ਐਗਰੀਕਲਚਰ ਫਾਰਮ 'ਤੇ ਸਵਾਗਤ ਕਰਦਾ। ਜਿਹੜੇ ਕਿਸਾਨ ਵੀਰ ਚੈਨਲ 'ਤੇ ਪਹਿਲੀ ਵਾਰ ਆਏ ਨੇ, ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਿਓ, ਬੈੱਲ ਵਾਲਾ ਬਟਨ ਜ਼ਰੂਰ ਦਬਾਲੇ ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ। ਅਤੇ ਕਿਸਾਨ ਵੀਰੋ, ਅੱਜ ਆਪਾਂ ਜਿਹੜੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਹਾਂਗੇ, ਇਹ ਵੀਡੀਓ ਕਿਸਾਨ ਵੀਰੋ ਬਹੁਤ ਮਹੱਤਵਪੂਰਨ ਵੀਡੀਓ ਆ, ਕਿਉਂਕਿ ਹੁਣ ਤਕਰੀਬਨ ਝੋਨੇ ਆਪਣੇ ਜਿਹੜੇ 45-45 ਦਿਨ ਦੇ ਨੇੜੇ ਹੋ ਗਏ, 50 ਦਿਨ ਦੇ ਨੇੜੇ ਵੀ ਚਲੇ ਗਏ ਜਿਹੜੀਆਂ ਅਗੇਤੀਆਂ ਵਰਾਇਟੀਆਂ ਸੀਗੀਆਂ। ਅਤੇ ਹੁਣ ਕਿਸਾਨਾਂ ਦੇ ਮਨਾਂ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਕਹੀ ਆਪਾਂ ਦੁਚਿੱਤੀ ਬਣੀ ਹੋਈ ਹੈ। ਕੋਈ ਕਿਸਾਨ ਵੀਰ ਕੁਝ ਸੋਚ ਰਿਹਾ, ਕੋਈ ਕੁਝ ਸੋਚ ਰਿਹਾ, ਅਤੇ ਆਪਾਂ ਤੁਹਾਡੇ ਨਾਲ ਕਿਸਾਨ ਵੀਰੋ ਗੱਲਬਾਤ ਅੱਜ ਕਰਨੀ ਹੈ ਵੀ ਪਦਾਨ ਪਾਈਏ ਜਾਂ ਆਪਾਂ ਸਪਰੇ ਕਰੀਏ, ਪਦਾਨ ਦੇ ਕੋਈ ਫਾਇਦੇ ਨੁਕਸਾਨ ਕੀ, ਗੱਲਬਾਤ ਆਪਾਂ ਸਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਤਾਂ ਕਿਸਾਨ ਵੀਰੋ, ਜੋ ਪਦਾਨ ਹੈ ਆਪਾਂ ਝੋਨੇ ਦੇ ਵਿੱਚ ਪਾਉਣੇ ਆ, ਰੀਜੈਂਟ ਪਾ ਦਿੰਦਾ ਕੋਈ, ਕੋਈ ਕੁਛ ਪਾ ਦਿੰਦਾ, ਉਹਨਾਂ ਦੇ ਵਿੱਚ ਕਿਸਾਨ ਵੀਰੋ ਝੋਨੇ ਨੂੰ ਜਿਹੜਾ ਕੱਚਾ ਕਰਨ ਵਾਲੇ ਸਾਲਟ ਹੁੰਦੇ ਨੇ, ਅਤੇ ਉਹ ਪਾਉਣ ਦੇ ਨਾਲ ਆਪਣਾ ਝੋਨਾ ਇੱਕਦਮ ਹਰਾ ਭਰਾ ਕੱਚਾ ਕਚਨਾਰ ਸੋਹਣਾ ਲੱਗਣ ਲੱਗ ਜਾਂਦਾ ਗਾ। ਹੈ ਉਹ ਵੀ ਇਨਸੈਕਟੀਸਾਈਡ ਆ, ਪਰ ਜੋ ਪਦਾਨ ਹੈ ਕਿਸਾਨ ਵੀਰੋ, ਜਿੱਦਾਂ ਆਪਾਂ ਕਹਿ ਦਈਏ ਵੀ ਮਰੇ ਪਏ ਬੰਦੇ ਨੂੰ ਸਟੀਰੋਇਡ ਦੇ ਦਈਏ, ਉਹ ਚੀਜ਼ ਕਿਸਾਨ ਵੀਰੋ ਜਿਹੜੀ ਪਦਾਨ ਹੈ ਉਹ ਹੈ। ਹੁਣ ਜੇਕਰ ਪਦਾਨ ਦੀ ਗੱਲ ਕਰੀਏ ਤਾਂ ਪਦਾਨ ਲਾਸਟ ਸਟੇਜ 'ਤੇ ਜਾ ਕੇ ਵਰਤਣ ਵਾਲੀ ਚੀਜ਼ ਆ, ਜਿਹਨੂੰ ਕਿਸਾਨ ਨੇ ਜਿਹੜੇ ਉਹ ਪਹਿਲੀ ਝੱਟ 'ਚ ਹੀ ਪਾਈ ਜਾਂਦੇ ਨੇ। ਵੀ ਜਿੱਦਾਂ ਕਿਸਾਨਾਂ ਨੂੰ ਵੀ ਸਾਡੇ ਗੋਭ ਦੀ ਸੁੰਡੀ ਨਾ ਪੈ ਜੇ, ਕੋਈ ਫਲਾਣਾ ਨਾ ਹੋ ਜੇ, ਪੱਤਾ ਲਿਪਟ ਨਾ ਪੈ ਜੇ, ਤਾਂ ਉਹ ਕਿਸਾਨ ਵੀਰ ਕੀ ਕਰਦੇ ਨੇ, ਪਦਾਨ ਐਡਵਾਂਸ ਦੇ ਵਿੱਚ ਹੀ 45 ਦਿਨ 'ਤੇ ਪਾ ਦਿੰਦੇ ਨੇ ਵੀ 20 ਦਿਨ ਇਹਦਾ ਅਸਰ ਹੈ ਜੀ, ਉਦੋਂ ਬਾਅਦ ਆਪਾਂ ਸਪਰੇ ਕਰ ਦਾਂਗੇ ਆਪਣਾ ਝੋਨਾ ਹੋਜੂ। ਅਤੇ ਜਿਹੜੇ ਕਿਸਾਨ ਵੀਰ ਸੂਝਵਾਨ ਨੇ ਅਤੇ ਵੱਡੀ ਖੇਤੀ ਕਰਦੇ ਨੇ, ਲੋਕਾਂ ਦੇ ਵਿੱਚ ਵਿਚਰਦੇ ਨੇ, ਉਹ ਪਦਾਨ ਦੇ ਬਾਰੇ ਕਿਸਾਨ ਵੀਰੋ ਨਹੀਂ ਸੋਚਦੇ। ਉਹ ਸਿਰਫ ਕੀ ਕਰਦੇ ਨੇ, ਜਦੋਂ ਉਹਨਾਂ ਦਾ ਝੋਨਾ 45 ਦਿਨ ਦਾ ਹੋਇਆ, 40 ਦਿਨ ਦਾ ਹੋਇਆ, ਨਾਲ ਦੀ ਨਾਲ ਉਹਨਾਂ ਨੇ ਇੱਕ ਇਨਸੈਕਟੀਸਾਈਡ ਆ ਜਿਹੜੀ ਸਪਰੇ ਉਹ ਦੇ ਦੇਣੀ ਹੈ, ਚਾਹੇ ਫੇਮ ਲਾ ਲਓ, ਕੋਰਾਜਨ ਲਾ ਲਓ, ਟਕੂਮੀ ਲਾ ਲਓ, ਕੋਈ ਵੀ, ਚਾਹੇ ਪ੍ਰੋਕਲੇਮ ਲਾ ਲਓ, ਉਹਨਾਂ ਨੇ ਇੱਕ ਸਪਰੇ ਦੇਣੀ ਹੈ ਇਨਸੈਕਟੀਸਾਈਡ ਦੀ। ਉਹਦੇ ਨਾਲ ਕਿਸਾਨ ਵੀਰੋ ਉਹ ਆਪਣਾ ਜਿਹੜਾ ਮਸਲਾ ਉਹ ਹੱਲ ਕਰ ਲੈਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਵੀ ਜੇਕਰ ਆਪਣਾ ਝੋਨਾ ਜ਼ਿਆਦਾ ਕੱਚਾ ਹੋਊ ਤਾਂ ਇਹਦੇ 'ਤੇ ਜਾ ਕੇ ਜਦੋਂ ਉਸ ਚੀਜ਼ ਦਾ ਅਸਰ ਕੱਟਾਏਗਾ ਤਾਂ ਕੀਟਾਂ ਦਾ ਹਮਲਾ ਜਿਹੜਾ ਉਹ ਜ਼ਿਆਦਾ ਹੋ। ਤਾਂ ਕਿਸਾਨ ਵੀਰੋ, ਮੈਂ ਤੁਹਾਡੇ ਨਾਲ ਇਹ ਵੀਡੀਓ ਤਾਂ ਸ਼ੇਅਰ ਕਰੀ ਹੈ ਕਿਉਂਕਿ ਬਹੁਤ ਫੋਨ ਆਉਂਦੇ ਰਹਿੰਦੇ ਨੇ, ਅਤੇ ਪਦਾਨ ਪਾਉਣ ਦਾ ਕਿਸਾਨ ਵੀਰੋ ਜਿਹੜਾ ਫਾਇਦਾ ਉਹ ਤੁਹਾਨੂੰ ਮਿਲ ਸਕਦਾ ਬਾਂਸਮਤੀ ਕਿਸਮਾਂ ਦੇ ਵਿੱਚ ਜਿਹੜੀਆਂ ਲੰਬੇ ਸਮੇਂ ਵਾਲੀਆਂ ਨੇ, ਕਿਉਂਕਿ ਉਹਦੇ ਵਿੱਚ ਨਹੀਂ ਤੁਹਾਨੂੰ 2-3 ਸਪਰੇਆਂ ਦੇਣੀਆਂ ਪੈਣੀਆਂ, ਉਹਦੇ ਨਾਲ ਤੁਹਾਡੀ ਇੱਕ ਸਪਰੇ ਬਚ ਜਾਂਦੀ ਹੈ, ਅਤੇ ਤੁਹਾਨੂੰ ਉਹਦਾ ਫਾਇਦਾ ਇਹ ਹੋ ਸਕਦਾ ਵੀ ਕਿਉਂਕਿ ਪਦਾਨ ਆ ਜਿਹੜੀ, ਜੇਕਰ ਤੁਸੀਂ ਇਹਨੂੰ 50 ਕੁ ਦਿਨ 'ਤੇ ਜਾ ਕੇ 45 ਦਿਨ 'ਤੇ ਉਹ ਕਿਸਮਾਂ ਦੇ ਵਿੱਚ ਪਾਵੋਗੇ ਤਾਂ ਇਹ 70 ਦਿਨ ਤੱਕ ਤਕਰੀਬਨ ਅਸਰ ਰੱਖ ਲਓ, ਅਤੇ ਉਸ ਤੋਂ ਬਾਅਦ ਇੱਕ ਸਪਰੇ ਨਾਲ ਹੀ ਤੁਹਾਡਾ ਸਰ ਸਕਦਾ। ਅਤੇ ਰਹੀ ਗੱਲ ਕਿਸਾਨ ਵੀਰੋ PR 126-131 ਕਿਸਮਾਂ ਦੀ, ਇਹਦੇ ਵਿੱਚ ਕਿਸਾਨ ਵੀਰੋ ਕੋਈ ਖਾਸ ਇੰਨਾ ਪਦਾਨ ਦੀ ਲੋੜ ਨਹੀਂ ਹੁੰਦੀ, ਇਹਦੇ ਵਿੱਚ ਤੁਸੀਂ ਨੋਰਮਲ ਸਪਰੇ ਵੀ ਦੇ ਦੋਗੇ ਤਾਂ ਤੁਹਾਡੀ ਕੋਈ ਦਿੱਕਤ ਵਾਲੀ ਗੱਲ ਨਹੀਂ, ਵਧੀਆ ਝੋਨਾ ਹੋ ਜੂਗਾ। ਅਤੇ ਇੱਕ ਵੀਰ ਨਾਲ ਮੇਰੀ ਗੱਲ ਹੋਈ ਸੀ, ਮੋਗਾ ਸਾਈਡ ਦਾ ਵੀਰ ਸੀ ਉਹ, ਮੈਂ ਪਿੰਡ ਦਾ ਨਾਮ ਭੁੱਲ ਗਿਆ ਸ਼ਾਇਦ, ਅਤੇ ਉਹ ਵੀਰ ਨੇ ਮੈਨੂੰ ਦੱਸਿਆ, ਮੈਂ ਹੈਰਾਨ ਰਹਿ ਗਿਆ, ਉਹਨੇ ਵੀਰ ਨੇ ਮੈਨੂੰ ਇਹ ਜਦੋਂ ਦੱਸਿਆ ਵੀ ਮੈਨੂੰ 7-8 ਸਾਲ ਹੋ ਗਏ ਮੈਂ ਕਦੇ ਝੋਨੇ ਦੇ ਉੱਪਰ ਸੁੰਡੀ ਦੀ ਸਪਰੇ ਹੀ ਨਹੀਂ ਕਰੀ, ਅਤੇ PR 131 ਝੋਨੇ ਦਾ ਜਿਹੜਾ ਝਾੜ ਆ ਉਹ ਵੀਰ ਨੇ ਦੱਸਿਆ ਕਿ ਪਿਛਲੇ ਸਾਲ ਉਹਦਾ 35.5 ਕੁਇੰਟਲ ਨਿਕਲਿਆ ਨੋਰਮਲੀ, ਉਹ ਕਹਿੰਦੇ ਮੇਰੇ ਖੇਤ ਦੇ ਵਿੱਚ ਸੁੰਡੀ ਦਾ ਹਮਲਾ ਹੀ ਨਹੀਂ ਹੁੰਦਾ।
ਵੀ ਮੈਂ ਯੂਰੀਆ ਹੀ ਇਸ ਢੰਗ ਨਾਲ ਪਾਉਣਾ ਗਾ, ਵੀ ਜਾਂ ਯੂਰੀ ਦੀਆਂ ਕਿਸ਼ਤੀਆਂ ਇਸ ਢੰਗ ਨਾਲ ਦਿੰਦਾ ਗਾ ਵੀ ਜਿਹਦੇ ਨਾਲ ਮੇਰੇ ਝੋਨੇ ਦਾ ਫਟਾਰਾ ਹੀ ਪੂਰਾ ਰਹਿੰਦਾ ਅਤੇ ਜਦੋਂ ਉਹਨੂੰ ਕੀਟਾਂ ਦਾ ਹਮਲਾ ਹੋਣਾ ਹੁੰਦਾ ਗਾ ਉਸ ਟਾਈਮ ਤੱਕ ਕਹਿੰਦਾ ਵੀ ਮੇਰੇ ਝੋਨੇ ਦੇ ਜਿਹੜਾ ਰੰਗ ਆ ਉਹ ਬਦਲਣਾ ਸ਼ੁਰੂ ਕਰਨ ਦਾ, ਪੀਲਾ ਹੋ ਕੇ ਖੜ੍ਹ ਜਾਂਦਾ ਅਤੇ ਕੀਟਾਂ ਦਾ ਹਮਲਾ ਘੱਟ ਜਾਂਦਾ। ਅਤੇ ਉਹ ਵੀਰ ਨੇ ਦੱਸਿਆ ਮੈਂ ਸੁੰਡੀ ਦੀ ਇੱਕ ਵੀ ਸਪਰੇਅ ਨਹੀਂ ਝੋਨੇ ਦੇ ਉੱਪਰ ਕਰਦਾ, ਵੀ ਤੇਲੇ ਦੀ ਸਪਰੇਅ ਜਾਂ ਫੰਗੀ ਸਾਈਡ ਵੀ ਐਮਰਜੈਂਸੀ ਕਰਦਾ ਵੀ ਨਹੀਂ, ਮੈਨੂੰ ਝੋਨੇ 'ਤੇ ਕੋਈ ਜ਼ਿਆਦਾ ਸਪਰੇਹਾਂ ਦੀ ਲੋੜ ਨਹੀਂ ਪੈਂਦੀ। ਤਾਂ ਹੁਣ ਕਿਸਾਨ ਵੀਰੋ ਤੁਸੀਂ ਆਪ ਸਿਆਣੇ ਹੋ ਵੀ ਆਪਾਂ ਨੂੰ ਝੋਨੇ 'ਤੇ ਸਪਰੇਹਾਂ ਜ਼ਿਆਦਾ ਕਰਨੀਆਂ ਚਾਹੀਦੀਆਂ ਨੇ ਕਿ ਨਾ, ਐਡਵਾਂਸ ਦੇ ਵਿੱਚ ਪਦਾਨਾ ਪਾਉਣੀਆਂ ਚਾਹੀਦੀਆਂ ਨੇ ਕਿ ਨਾ, ਤਾਂ ਤੁਸੀਂ ਇਹ ਜ਼ਰੂਰ ਦੱਸਿਓ ਕਿਸਾਨ ਵੀਰੋ ਕਮੈਂਟ ਦੇ ਵਿੱਚ ਵੀ ਤੁਸੀਂ ਪਦਾਨ ਪਾਉਂਦੇ ਹੋ ਜਾਂ ਸਪਰੇਅ ਕਰਦੇ ਹੋ। ਵੈਸੇ ਮੇਰੇ ਹਿਸਾਬ ਨਾਲ ਸਪਰੇਅ ਬੈਸਟ ਆ, ਮੈਂ ਖੁਦ ਵੀ ਸਪਰੇਅ ਹੀ ਕਰਦਾ। ਕੋਈ ਆਪਾਂ ਕਦੇ ਪਦਾਨ 3-4 ਸਾਲ ਤੋਂ ਨਹੀਂ ਖੇਤ ਦੇ ਵਿੱਚ ਪਾਈ ਕਿਉਂਕਿ ਛੋਟੀਆਂ ਕਿਸਮਾਂ ਨੇਗੀਆਂ, ਸਪਰੇਅ ਨਾਲ ਆਪਣਾ ਮਸਲਾ ਹੱਲ ਹੋ ਜਾਂਦਾ। ਉਮੀਦ ਆ ਕਿਸਾਨ ਵੀਰੋ ਆਪਣੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ। ਇਸੇ ਤਰ੍ਹਾਂ ਆਪਾਂ ਵਧੀਆ ਵਧੀਆ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।